ਇਹ ਬਾਈ ਆਈਡੀਆ ਕਿਉਂ ਆਇਆ ਵੀ ਜਿਹੜੇ ਪੁਤਲੇ ਆ ਰਾਵਣ ਦੇ ਨਹੀਂ ਮੋਦੀ ਅਵਾਨੀ ਅਡਾਨੀ ਜਿੰਨੇ ਵੀ ਤੁਸੀਂ ਨੇਤਾ ਲਏ ਨੇ ਇਹਨਾਂ ਦੇ ਫੂਕਣੇ ਚਾਹੀਦੇ ਕਹਿੰਦੇ ਵੀ ਅੱਜ ਦੇ ਰਾਵਣਾਂ ਦੇ ਪੁਤਲੇ ਫੂਕੋ ਹਨਾ ਇਹ ਗੱਲ ਆਉਂਦੀ ਹੁੰਦੀ ਆ ਵੀ ਨਹੀਂ ਵੀ ਇਹ ਕੀ ਇਹਨਾਂ ਨੂੰ ਤੁਸੀਂ ਅੱਜ ਦੇ ਰਾਵਣ ਨਾਲ ਕੰਪੈਰੀਜ਼ਨ ਕਰੋਗੇ ਵੀ ਇਹ ਵੀ ਰਾਵਣ ਹੀ ਆ ਰਾਵਣ ਤਾਂ ਇਹਨਾਂ ਤੋਂ ਅੱਤ ਦਰਜੇ ਕਈ ਗੁਣਾ ਚੰਗਾ ਬੰਦਾ ਸੀ ਜਦੋਂ ਅਸੀਂ ਰਾਵਣ ਦਾ ਇਤਿਹਾਸ ਦੇਖ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਜਾਂਦਾ ਕਿ ਰਾਵਣ ਮਾੜਾ ਨਹੀਂ ਹੈ ਤਾਂ ਇਸ ਕਰਕੇ ਇਹ ਸਾਰੇ ਲੋਕ ਆ ਜਿਹੜੇ ਇਹਨਾਂ ਦਾ ਰਾਵਣ ਦੇ ਨਾਲ ਕੰਪੈਰੀਜ਼ਨ ਕਰਨਾ ਰਾਵਣ ਨੂੰ ਮਾੜਾ ਕਹਿਣਾ ਜਾਂ ਉਹਨੂੰ ਬੇਇੱਜ਼ਤ ਕਰਨਾ ਉਹਦੀ ਤੁਹੀਨ ਕਰਨਾ ਵੀ ਰਾਮ ਰਾਜ ਦਾ ਮਤਲਬ ਹੈ ਤਾਂ ਜਿੱਥੇ ਸ਼ਾਂਤੀਪੂਰਵਕ ਸਾਰਾ ਕੁਛ ਠੀਕ ਠਾਕ ਹੋਵੇ ਚੰਗਾ ਹੋਵੇ ਉਹ ਰਾਜ ਹੁੰਦਾ ਪਰ ਮਣੀਪੁਰ ਦੇ ਵਿੱਚ ਕੀ ਕੁਛ ਹੋਇਆ ਧਰਮ ਦੇ ਨਾਮ 'ਤੇ ਵੀ ਬਹੁਤ ਜ਼ਿਆਦਾ ਸਿਆਸਤ ਹੋ ਰਹੀ ਆ ਘੱਟ ਗਿਣਤੀਆਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਧਰਮ ਦੇ ਨਾਂ 'ਤੇ ਕਿੰਨੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਬਿਲਕਿਸ ਬਾਨੋ ਦੇ ਜਿਹੜੇ ਦੋਸ਼ੀ ਸੀ ਉਹਨਾਂ ਦੀ ਹਾਲੇ ਸਜ਼ਾ ਬਰਕਰਾਰ ਸੀ ਹਾਲੇ ਰਹਿੰਦੀ ਸੀ ਉਹਨਾਂ ਦੀ ਅਦਾਲਤ ਅਦਾਲਤ ਨੇ ਉਹਨਾਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਕਿ ਤੁਸੀਂ ਇੱਕ ਚੰਗੇ ਸੰਸਕ੍ਰਿਤੀ ਦੇ ਵਿੱਚੋਂ ਚੰਗੇ ਧਰਮ ਦੇ ਵਿੱਚੋਂ ਇਸ ਕਰਕੇ ਤੁਹਾਡੀ ਸਜ਼ਾ ਜਿਹੜੀ ਉਹ ਮਾਫ਼ ਕੀਤੀ ਜਾ ਰਹੀ ਹੈ ਜਦੋਂ ਸੱਤਾ ਦੇ ਵਿੱਚ ਮੋਦੀ ਸਰਕਾਰ ਆਈ ਹੈ ਤਾਂ ਇਹਨਾਂ ਦੇ ਆਉਂਦਿਆਂ ਸਾਰ ਕੀ ਕੀਤਾ ਸੀ ਜੁਨੈਦ ਨਾਂ ਦਾ ਬੱਚਾ ਇਖਲਾਕ ਨਾਂ ਦੇ ਬੱਚੇ ਨੂੰ ਅਤੇ ਹੋਰ ਬਹੁਤ ਸਾਰੇ ਮੁਸਲਮਾਨ ਜਿਹੜੇ ਸੀਗੇ ਉਹਨਾਂ ਨੂੰ ਇਸ ਆਧਾਰ ਦੇ ਉੱਤੇ ਮਾਰ ਦਿੱਤਾ ਗਿਆ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਬੀਫ ਬਣ ਗਿਆ ਤਾਜ਼ੀ ਘਟਨਾ ਤੁਸੀਂ ਦੇਖੀ ਆ ਆਰੀਅਨ ਮਿਸ਼ਰਾ ਨਾਂ ਦਾ ਇੱਕ ਜਿਹੜਾ ਨਾਬਾਲਗ ਨੌਜਵਾਨ ਹੀ ਸੀ ਕਹਿ ਸਕਦੇ ਆ ਉਹਨਾਂ ਦੀ ਗੱਡੀ ਦਾ ਪਿੱਛਾ ਕਰਕੇ ਉਹਨਾਂ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਦੇ ਦਿਨ ਪੂਰੇ ਭਾਰਤ ਦੇ ਵਿੱਚ ਰਾਵਣ ਦੇ ਥਾਂ ਥਾਂ ਪੁਤਲੇ ਫੂਕੇ ਜਾਂਦੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਮਹਾਨਗਰਾਂ ਦੇ ਵਿੱਚ ਪਰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਾਵਣ ਦਾ ਪੁਤਲਾ ਨਹੀਂ ਫੂਕਿਆ ਗਿਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਰਾਵਣ ਦੀ ਜਗ੍ਹਾ ਮੋਦੀ ਅਬਾਨੀ ਅਡਾਨੀ ਭਗਵੰਤ ਮਾਨ ਸੁਖਵੀਰ ਬਾਦਲ ਯੋਗੀ ਅਰਵਿੰਦ ਕੇਜਰੀਵਾਲ ਇਹਨਾਂ ਦੇ ਫੋਟੋ ਲਾ ਕੇ ਪੁਤਲੇ ਫੂਕੇ ਜਾ ਰਹੇ ਨੇ ਕਾਰਨ ਕੀ ਆ ਇਹਨਾਂ ਦੇ ਫੋਟੋ ਲਾਉਣ ਦਾ ਆਪਾਂ ਨੌਜਵਾਨ ਰੁਪਿੰਦਰ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਅਗਾਂਹ ਵਧੂ ਸੋਚ ਰੱਖਦੇ ਨੇ ਆਖਰ ਉਹਨਾਂ ਦੇ ਮਨ ਦੇ ਵਿੱਚ ਇਹ ਆਈਡੀਆ ਕਿਉਂ ਆਇਆ ਰੁਪਿੰਦਰ ਇਹ ਬਾਈ ਆਈਡੀਆ ਕਿਉਂ ਆਇਆ ਵੀ ਜਿਹੜੇ ਪੁਤਲੇ ਆ ਰਾਵਣ ਦੇ ਨਹੀਂ ਮੋਦੀ ਅਬਾਨੀ ਅਡਾਨੀ ਜਿੰਨੇ ਵੀ ਤੁਸੀਂ ਨੇਤਾ ਲਏ ਨੇ ਇਹਨਾਂ ਦੇ ਫੂਕਣੇ ਚਾਹੀਦੇ ਆ ਅਸਲ ਦੇ ਵਿੱਚ ਇਹ ਮੇਰਾ ਕੋਈ ਆਈਡੀਆ ਨਹੀਂ ਸੀ ਅਤੇ ਮੇਰਾ ਕੋਈ ਇਸ ਤਰ੍ਹਾਂ ਦਾ ਪੁਤਲਾ ਫੂਕਣ ਦਾ ਇਰਾਦਾ ਨਹੀਂ ਸੀ ਅਸਲ ਦੇ ਵਿੱਚ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਰੀਸੋ ਰੀਸ ਰਾਵਣ ਦੇ ਪੁਤਲੇ ਜਿਹੜੇ ਆ ਉਹ ਬਣਾ ਰਹੇ ਸੀਗੇ ਅਤੇ ਜਦੋਂ ਉਹਨਾਂ ਨੇ ਮੇਰੇ ਕੋਲ ਇਸ ਗੱਲ ਨੂੰ ਲੈ ਕੇ ਆਏ ਕਿ ਅਸੀਂ ਰਾਵਣ ਬਣਾ ਕੇ ਉਹਦਾ ਪੁਤਲਾ ਫੂਕਣਾ ਤਾਂ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਇਸ ਵੇਲੇ ਦੱਸੋ ਤੁਹਾਨੂੰ ਕਿਹੜੇ ਲੋਕ ਲੱਗਦੇ ਆ ਕਿ ਜਿਹੜੇ ਮਾੜੇ ਨੇ ਜਿਹੜੇ ਸਾਨੂੰ ਲੁੱਟ ਰਹੇ ਨੇ ਸਾਡੀ ਲੁੱਟ ਖਸੁੱਟ ਕਰ ਰਹੇ ਨੇ ਅਤੇ ਜਦੋਂ ਸਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਾਂ ਆਲੇ ਦੁਆਲੇ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਜਿਹਦੇ ਵਿੱਚ ਰਾਜਨੀਤੀ ਦੀਆਂ ਗੱਲਾਂ ਨੇ ਕਿਸਾਨੀ ਅੰਦੋਲਨ ਦੀਆਂ ਗੱਲਾਂ ਨੇ ਜਾਂ ਹੋਰ ਸਮਾਜ ਨਾਲ ਲੋਕਾਂ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਜਦੋਂ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਤਾਂ ਯਕੀਨਨ ਹੈ ਕਿ ਬੱਚਿਆਂ ਦੇ ਦਿਮਾਗ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਸਿਆਸੀ ਨੇ ਲੋਕ ਲੀਡਰ ਲੋਕ ਨੇ ਉਹਨਾਂ ਦਾ ਨਾਂ ਆਉਣਾ ਸੁਭਾਵਿਕ ਹੀ ਹੈ ਕਿਸਾਨੀ ਅੰਦੋਲਨ ਦੌਰਾਨ ਤੁਸੀਂ ਦੇਖਿਆ ਕਿ ਬੱਚਿਆਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇ ਲਾਉਣ ਦੀ ਇੱਕ ਖੇਡ ਹੀ ਬਣਾ ਲਈ ਸੀਗੀ ਤਾਂ ਇਸੇ ਕਰਕੇ ਇਹ ਮਾਹੌਲ ਜਦੋਂ ਸਾਡੇ ਘਰ ਪਰਿਵਾਰ ਦੇ ਵਿੱਚ ਹੋਊਗਾ ਤਾਂ ਉਹਦੇ ਬੱਚਿਆਂ ਦੇ ਸਿੱਟੇ ਇਸ ਤਰ੍ਹਾਂ ਦੇ ਹੀ ਕੱਢਣੇ ਨੇ ਬੱਚਿਆਂ ਨੇ ਤਿਆਰ ਕੀਤਾ ਫਿਰ ਫੋਟੋ ਲੱਗ ਹਾਂਜੀ ਜਦੋਂ ਮੈਂ ਉਹਨਾਂ ਨੂੰ ਕਹਿਤਾ ਕਿ ਤੁਹਾਨੂੰ ਕਿਹੜੇ ਦੋਸ਼ੀ ਲੱਗਦੇ ਨੇ ਦਿਮਾਗ ਲਾਓ ਉਹਨਾਂ ਨੂੰ ਹਿੰਟ ਦਿੱਤੇ ਤਾਂ ਉਹਨਾਂ ਨੇ ਇਹਨਾਂ ਬੰਦਿਆਂ ਦੇ ਸਾਰੇ ਨੇ ਜਿਹੜੀਆਂ ਉਹ ਫੋਟੋਆਂ ਉਹ ਕੱਢ ਕੇ ਲੈ ਕੇ ਆਉਂਦੀਆਂ ਤਾਂ ਉਸ ਤੋਂ ਬਾਅਦ ਥੋੜ੍ਹਾ ਥੋੜ੍ਹਾ ਇਹਨਾਂ ਨੂੰ ਇਹਨਾਂ ਦੇ ਬਾਰੇ ਕਿਰਦਾਰ ਬਾਰੇ ਇਹਨਾਂ ਦੇ ਕੰਮ ਬਾਰੇ ਇਹਨਾਂ ਦੇ ਅਹੁਦਿਆਂ ਬਾਰੇ ਦੱਸਿਆ ਤਾਂ ਇਹਨਾਂ ਨੂੰ ਹੋਰ ਵੀ ਯਕੀਨ ਹੋਇਆ ਅਤੇ ਕਿ ਅਸਲ 'ਚ ਸੱਚਾਈ ਕੀ ਹੈ ਦੋਸ਼ੀ ਅਸਲ ਦੇ ਵਿੱਚ ਕੌਣ ਲੋਕ ਨੇ ਆਪਾਂ ਨੇੜੇ ਤੋਂ ਦੇਖ ਲੈਂਦੇ ਹਾਂ ਯੋਗੀ ਦਾ ਮੋਦੀ ਦਾ ਅਰਵਿੰਦ ਕੇਜਰੀਵਾਲ ਦਾ ਸੁਖਵੀਰ ਬਾਦਲ ਦਾ ਅਤੇ ਇੱਧਰ ਗੌਤਮ ਅਦਾਨੀ ਕੈਪਟਨ ਅਮਰਿੰਦਰ ਭਗਵੰਤ ਮਾਨ ਆਪਣੇ ਖੱਟੜ ਸਾਹਿਬ ਅਤੇ ਅਮਿਤ ਸ਼ਾਹ ਇਹਨਾਂ ਸਾਰਿਆਂ ਦੇ ਫੋਟੋ ਲਾਏ ਨੇ ਬਹੁਤ ਸਾਰੇ ਰਹਿ ਗਏ ਕਹਿੰਦੇ ਅਤੇ ਬਹੁਤ ਸਾਰੇ ਹੈਗੇ ਆ ਅੱਛਾ ਇੱਕ ਬਈ ਹੋਰ ਰੁਪਿੰਦਰ ਗੱਲ ਹੁੰਦੀ ਹੈ ਜਦੋਂ ਕਹਿੰਦੇ ਆ ਵੀ ਅੱਜ ਦੇ ਰਾਵਣਾਂ ਦੇ ਪੁਤਲੇ ਫੂਕੋ ਹੈ ਨਾ ਇਹ ਗੱਲ ਆਉਂਦੀ ਹੁੰਦੀ ਆ ਵੀ ਨਹੀਂ ਵੀ ਇਹ ਕੀ ਇਹਨਾਂ ਨੂੰ ਤੁਸੀਂ ਅੱਜ ਦੇ ਰਾਵਣ ਨਾਲ ਕੰਪੈਰੀਜ਼ਨ ਕਰੋਗੇ ਵੀ ਇਹ ਵੀ ਰਾਵਣ ਹੀ ਆ ਹਾਂ ਮੈਂ ਇਸ ਗੱਲ ਨੂੰ ਬਹੁਤ ਧਾਰਨਾ ਨੂੰ ਜਿਹੜਾ ਮੈਂ ਰੱਦ ਕਰਨਾ ਚਾਹੂੰਗਾ ਜਦੋਂ ਅਸੀਂ ਰਾਵਣ ਦਾ ਇਤਿਹਾਸ ਦੇਖ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਜਾਂਦਾ ਕਿ ਰਾਵਣ ਮਾੜਾ ਨਹੀਂ ਹੈ ਤਾਂ ਇਸ ਕਰਕੇ ਇਹ ਸਾਰੇ ਲੋਕ ਆ ਜਿਹੜੇ ਇਹਨਾਂ ਦਾ ਰਾਵਣ ਦੇ ਨਾਲ ਕੰਪੈਰੀਜ਼ਨ ਕਰਨਾ ਰਾਵਣ ਨੂੰ ਮਾੜਾ ਕਹਿਣਾ ਜਾਂ ਉਹਦਾ ਉਹਨੂੰ ਬੇਇੱਜ਼ਤ ਕਰਨਾ ਉਹਦੀ ਤੁਹੀਨ ਕਰਨਾ ਕਿਉਂਕਿ ਰਾਵਣ ਨੇ ਤਾਂ ਜਦੋਂ ਸੀਤਾ ਨੂੰ ਲੈ ਕੇ ਗਿਆ ਸੀ ਤਾਂ ਉਸ ਤੋਂ ਬਾਅਦ ਉਸਨੇ ਕੁਛ ਵੀ ਗਲਤ ਨਹੀਂ ਕੀਤਾ ਕੁਛ ਮਾੜਾ ਨਹੀਂ ਕੀਤਾ ਇਤਿਹਾਸ ਗਵਾਹ ਹੈ ਤਾਂ ਦੂਸਰੀ ਗੱਲ ਹੁਣ ਜੇ ਮੈਂ ਇਹਨਾਂ ਬੰਦਿਆਂ ਦੇ ਨਾਲ
दसा थोनू सारिया दी भी जिहड़े चाहे सत्ता च रहे आ ते चाहे वह कारपोरेट सैक्टर वाले जी मैंने सारे दियाँ थोनू उदाहरण सहित गल्लां दसा तो थोनू पता लग जाएगा कि रावण तो इन्हां तो अत दर्जे कई गुणा चंगा बंदा सी। हुण जे मैं तस्वीर दिखाऊंगा आदित्यनाथ योगी है इन्होंने कहा सी जां सारी ये मोदी सरकार वाले ने कहा सी कि असी देश दे विच रामराज लेके आउणा जां रामराज लेके आंदा ते उहदियां जिवें मोटियां जिहे उदाहरणां दे दिआं वी रामराज दा मतलब आ ते जिथे शांतिपूर्वक सारा कुछ ठीक ठाक होवे चंगा होवे ओह राज हुंदा। पर मणिपुर दे विच की कुछ होया उत्थे औरतां नूं नंगियां करके बाजारां दे विच घुमाया गया उहदी सुरखी हले ठंडी नहीं सी पई जां सुक्की नहीं सी तां उस तों बाद कलकत्ते दे विच महिला डाक्टर नाल वापर जांदा महाराष्ट्र दे विच एक स्कूल च बच्चियां नाल जां कुछ वापर जांदा तां उस तों बिना जिहड़े दोषी ने वड्डे जिहड़े डेरिया वाले ने जिन्हां नूं अदालतां ने दोषी ठहराया वह लगातार पैरोल ते बाहर आके अपनी एक चंगी अशोचर भरी जिंदगी जी रहे आ। तां इह उह लोक ने जिन्हां ने ਲੋਕਾਂ ਦਾ ਵੱਡੀ ਪੱਧਰ ਦੇ ਉੱਤੇ ਘਾਣ ਕੀਤਾ ਜਾਂ ਕਹਿ ਲਈਏ ਕਿ ਇਹਨਾਂ ਦੇ ਰਾਜ ਦੇ ਵਿੱਚ ਦੇਸ਼ ਨੂੰ ਲੋਕਾਂ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਜਿਹੜੀਆਂ ਘਟਨਾਵਾਂ ਉਹ ਇਹਨਾਂ ਲੋਕਾਂ ਦੇ ਰਾਜ ਦੇ ਵਿੱਚ ਵਾਪਰੀਆਂ ਨੇ ਔਰ ਆਏ ਦਿਨ ਇਹਨਾਂ ਘਟਨਾਵਾਂ ਦੇ ਵਿੱਚ ਲਗਾਤਾਰ ਆ ਜਿਹੜਾ ਉਹ ਵਾਧਾ ਹੋ ਰਿਹਾ ਜੇ ਉਹਨਾਂ ਨੂੰ ਆਪਾਂ ਅੰਕੜਿਆ ਸਹਿਤ ਦੱਸਣ ਲੱਗ ਜਾਈਏ ਤਾਂ ਇੱਕ ਲੰਮਾ ਸਮਾਂ ਲੱਗ ਸਕਦਾ। ਹੁਣ ਇਹਦੇ ਥੱਲੇ ਤੁਸੀਂ ਹੋਰ ਕਾਰਪੋਰੇਟ ਸੈਕਟਰ ਬੰਦੇ ਦੇਖ ਰਹੇ ਹੋ ਇਹ ਤੁਸੀਂ ਸਿਆਸੀ ਉਹ ਲੀਡਰ ਦੇਖ ਰਹੇ ਹੋ ਜਿਨ੍ਹਾਂ ਨੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਇਨਕਲਾਬ ਦੇ ਨਾਅਰੇ ਦਿੱਤੇ ਕਿ ਅਸੀਂ ਇਨਕਲਾਬ ਕਰਾਂਗੇ ਪਰ ਪੰਜਾਬ ਦੇ ਵਿੱਚ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਹੋਇਆ ਸੀ ਅਖੌਤੀ ਇਨਕਲਾਬ ਦੇ ਨਾਂ ਦੇ ਉੱਤੇ। ਅੱਜ ਉਸੇ ਤਰ੍ਹਾਂ ਨਸ਼ੇ ਚੱਲ ਰਹੇ ਨੇ ਉਸੇ ਤਰ੍ਹਾਂ ਮਾਰਧਾੜ ਗੁੰਡਾਗਰਦੀ ਕਤਲ ਡਕੈਤੀਆਂ ਸਾਰਾ ਕੁਛ ਮਾਫੀਆ ਉਸੇ ਤਰ੍ਹਾਂ ਦਾ ਮਾਫੀਆ ਸਾਰਾ ਬਰਕਰਾਰ ਨੇ। ਜਿਹੜੀਆਂ ਪਾਰਟੀਆਂ ਨੂੰ ਇਹ ਕਹਿੰਦੇ ਸੀਗੇ ਕਿ ਇਹ ਮਾੜੇ ਬੰਦੇ ਆ ਉਹਨਾਂ ਬੰਦਿਆਂ ਨੂੰ ਆਪਣੀ ਪਾਰਟੀ ਦੇ ਵਿੱਚ ਲਿਆ ਕੇ ਚੋਣਾਂ ਲੜਾ ਰਹੇ ਨੇ ਫਿਰ ਇਹਨਾਂ ਦਾ ਉਹਨਾਂ ਨੂੰ ਫਰਕ ਕੀ ਰਹਿ ਗਿਆ। ਅਗਲੀ ਗੱਲ ਜਿਹੜਾ ਕਾਰਪੋਰੇਟ ਸੈਕਟਰ ਆ ਦੇਸ਼ ਦੇ ਵਿੱਚ ਇਸ ਵੇਲੇ ਸਾਰਾ ਜਿਹੜਾ ਆਰਥਿਕ ਢਾਂਚਾ ਹੈ ਆਰਥਿਕ ਵਸੀਲੇ ਨੇ ਆਰਥਿਕ ਸੋਰਸ ਨੇ ਉਹਨਾਂ ਸਾਰਿਆਂ ਦੇ ਉੱਤੇ ਅੰਬਾਨੀ ਅਤੇ ਅੰਡਾਨੀ ਆ ਜਿਹੜੇ ਉਹ ਕਾਬਜ਼ ਨੇ। ਦੇਸ਼ ਦੇ ਅੰਦਰ ਲੋਕਡਾਊਨ ਹੋਇਆ ਸੀ ਸਾਰੇ ਲੋਕਾਂ ਦੇ ਕੰਮ ਕਾਰ ਖੜ੍ਹ ਚੁੱਕੇ ਸੀਗੇ ਤਾਂ ਉਦੋਂ ਵੀ ਰਿਪੋਰਟ ਇਹ ਆ ਰਹੀ ਸੀ ਕਿ ਅੰਬਾਨੀ ਅਤੇ ਅਡਾਨੀ ਵਰਗੇ ਇੱਕ ਘੰਟੇ ਦੇ ਵਿੱਚ 400 ਕਰੋੜ ਰੁਪਈਆ ਜਿਹੜਾ ਉਹ ਕਮਾ ਰਹੇ ਸੀਗੇ। ਤਾਂ ਇਸ ਕਰਕੇ ਜਦੋਂ ਸਾਡੇ ਦੇਸ਼ ਦੀ ਇੰਨੀ ਵੱਧ ਤੋਂ ਬੱਤਰ ਹਾਲਤ ਹੋ ਚੁੱਕੀ ਹੋਵੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਾਲਤ ਆ ਜਿਹੜੀ ਉਹ ਲਫਜ਼ਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈ ਔਰਤਾਂ ਬੱਚੇ ਵਿਦਿਆਰਥੀ ਵਿਦੇਸ਼ਾਂ ਵੱਲ ਭੱਜ ਰਹੇ ਨੇ ਮਤਲਬ ਕਿ ਇੰਨੀਆਂ ਕੁ ਬੁਰਾਈਆਂ ਨੇ ਇੰਨੀਆਂ ਕੁ ਖਾਮੀਆਂ ਨੇ ਇੰਨੀ ਕੁ ਦੇਸ਼ ਦੀ ਹਾਲਤ ਆ ਜਿਹੜੀ ਉਹਨੂੰ ਛੋਟੇ ਜਿਹੇ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਤੋ ਇਸ ਕਰਕੇ ਹੁਣ ਮੈਂ ਤੁਹਾਨੂੰ ਸਬੂਤਾਂ ਸਹਿਤ ਉਦਾਹਰਣਾਂ ਸਹਿਤ ਜਿਹੜਾ ਉਹ ਦੱਸ ਦਿੱਤਾ ਹੈ ਕਿ ਅਸਲ ਦੇ ਵਿੱਚ ਦੋਸ਼ੀ ਇਹ ਲੋਕ ਨੇ ਇਹਨਾਂ ਦਾ ਪੁਤਲਾ ਫੂਕਣਾ ਬਣਦਾ ਹੈ ਤਾਂ ਰਾਵਣ ਨਾਲ ਜਿਹੜਾ ਕੰਪੈਰੀਜ਼ਨ ਕਰਦੇ ਆ ਉਹ ਗਲਤ ਆ ਉਹ ਰਾਵਣ ਦੀ ਤੁਹੀਨ ਹੈ। ਰਾਵਣ ਦਾ ਜਿਹੜਾ ਇਤਿਹਾਸ ਆ ਚਾਹੇ ਉਹ ਮਿਥਿਹਾਸ ਆ ਜਿੰਨਾ ਪੜ੍ਹਿਆ ਅਤੇ ਜਾਣਿਆ ਉਹਦੇ ਮੁਤਾਬਕ ਆ ਜਿਹੜਾ ਰਾਵਣ ਕਿਤੇ ਵੀ ਦੋਸ਼ੀ ਜਿਹੜਾ ਉਹ ਨਹੀਂ ਨਜ਼ਰ ਆਉਂਦਾ। ਇਹ ਲੋਕ ਆ ਜਿਹੜੇ ਇਹ ਸਾਫ਼ ਤੌਰ 'ਤੇ ਦੋਸ਼ੀ ਨਜ਼ਰ ਆਉਂਦੇ ਨੇ ਇਹਨਾਂ ਕੋਲ ਦੇਸ਼ ਦੀ ਵਾਂਗਡੋਰਾ ਇਹ ਸੱਤਾ ਦੇ ਉੱਤੇ ਕਾਬਜ਼ ਨੇ ਇਹਨਾਂ ਦੇ ਕੋਲ ਪੁਲਿਸ ਅਤੇ ਫੌਜ ਆ ਇਹਨਾਂ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਅਤੇ ਮੈਨੂੰ ਤਾਂ ਆਪਾਂ ਦੇਖਦੇ ਹਾਂ ਕਿ ਪਿਛਲੇ ਲੰਮੇ ਸਮੇਂ ਤੋਂ ਧਰਮ ਦੇ ਨਾਮ 'ਤੇ ਵੀ ਬਹੁਤ ਜ਼ਿਆਦਾ ਸਿਆਸਤ ਹੋ ਰਹੀ ਆ ਘੱਟ ਗਿਣਤੀਆਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਧਰਮ ਦੇ ਨਾਂ 'ਤੇ ਕਿੰਨੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਆ ਜੇ ਕਿਸੇ ਦੇ ਘਰੋਂ ਕੋਈ ਮਾਸ ਬਣਦਾ ਭਾਵੇਂ ਉਹ ਬੱਕਰਾ ਬਣਦਾ ਭਾਵੇਂ ਮੱਝ ਗਾਂ ਕੁਛ ਵੀ ਬਣਦਾ ਤਾਂ ਮਾਰ ਦਿੱਤੇ ਜਾਂਦੇ ਆ ਬੰਦੇ ਇੱਦਾਂ ਦੀਆਂ ਵੀ ਘਟਨਾਵਾਂ ਕਾਫੀ ਵਧੀਆਂ ਨੇ। ਇਹਨਾਂ ਬਾਰੇ ਵੀ ਮੈਂ ਉਦਾਹਰਣਾਂ ਸਹਿਤ ਦੱਸ ਸਕਦਾ ਕਿ ਜਦੋਂ ਸੱਤਾ ਦੇ ਵਿੱਚ ਮੋਦੀ ਸਰਕਾਰ ਆਈ ਆ ਤਾਂ ਇਹਨਾਂ ਦੇ ਆਉਂਦਿਆਂ ਸਾਰ ਕੀ ਕੀਤਾ ਸੀ ਜੁਨੈਦ ਨਾਂ ਦਾ ਬੱਚਾ ਇਖਲਾਕ ਨਾਂ ਦੇ ਬੱਚੇ ਨੂੰ ਅਤੇ ਹੋਰ ਬਹੁਤ ਸਾਰੇ ਮੁਸਲਮਾਨ ਜਿਹੜੇ ਸੀਗੇ ਉਹਨਾਂ ਨੂੰ ਇਸ ਆਧਾਰ ਦੇ ਉੱਤੇ ਮਾਰ ਦਿੱਤਾ ਗਿਆ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਬੀਫ ਬਣ ਗਿਆ। ਤਾਜ਼ੀ ਘਟਨਾ ਤੁਸੀਂ ਦੇਖੀ ਆ ਆਰੀਅਨ ਮਿਸ਼ਰਾ ਨਾਂ ਦਾ ਇੱਕ ਜਿਹੜਾ ਨਾਬਾਲਗ ਨੌਜਵਾਨ ਹੀ ਸੀ ਕਹਿ ਸਕਦੇ ਹਾਂ ਉਹਨਾਂ ਦੇ ਗੱਡੀ ਦਾ ਪਿੱਛਾ ਕਰਕੇ ਉਹਨਾਂ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਦੇਸ਼ ਦੇ ਵਿੱਚ ਲਗਾਤਾਰ ਵਾਪਰ ਰਹੀਆਂ ਨੇ ਅਤੇ ਇਹ ਵਾਪਰ ਕਿਹਨਾਂ ਦੇ ਰਾਹ 'ਚ ਰਹੀਆਂ ਜਿਹੜੇ ਕਹਿੰਦੇ ਅਸੀਂ ਰਾਮਰਾਜ ਲੈ ਕੇ ਆਉਂਦਾ ਹੈ ਅਤੇ ਹੁਣ ਤੁਸੀਂ ਆਪਦੇ ਆਪ ਦੇਖ ਲਓ ਰਾਮਰਾਜ ਕਿਹੜਾ ਹੈ। ਦੇਸ਼ ਦੇ ਅੰਦਰ ਧਾਰਮਿਕ ਪੱਖ ਤੋਂ ਫਿਰਕੂ ਦੰਗੇ ਭੜਕਾਉਣ ਦੀਆਂ ਜਿਹੜੀਆਂ ਲਗਾਤਾਰ ਕੋਸ਼ਿਸ਼ਾਂ ਉਹ ਕੀਤੀਆਂ ਜਾ ਰਹੀਆਂ ਨੇ। ਮੈਂ ਦੱਸਣਾ ਚਾਹੁੰਦਾ ਕਿ ਘੱਟ ਗਿਣਤੀਆਂ ਕਿਸ ਤਰ੍ਹਾਂ ਜਿਹੜੀਆਂ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਨੇ। ਤੁਸੀਂ ਬਿਲਕਿਸ ਬਾਨੋ ਦਾ ਕੇਸ ਜਾਣਦੇ ਹੋ, ਬਿਲਕਿਸ ਬਾਨੋ ਦੇ ਜਿਹੜੇ ਦੋਸ਼ੀ ਸੀ ਉਹਨਾਂ ਦੀ ਹਾਲੇ ਸਜ਼ਾ ਬਰਕਰਾਰ ਸੀ, ਹਾਲੇ ਰਹਿੰਦੀ ਸੀ,
उन्हां दी अदालत उन्हां ने अदालत ने उन्हां दोषियों नूं बरी कर दिता कि तुसीं एक चंगे संस्कृति दे विचो चंगे धर्म दे विचो इस करके तुहाडी सज़ा जिहड़ी उह माफ़ की जा रही है। सो बहुत सारिया उदाहरण मैं पंजाब दे विच की कुछ वापर रहा लोगों नूं अपनी सियासत दे लई किस तरह धर्म नूं वरत्या जा रहा लोग उन्हां दी गिरफ्त च आ रहे हैं आए दिन वख वख धर्म दे जिहड़े ठेकेदार बने हुए ने उन्हां दे इन्हां सारे देश नूं चुंबड़े हुए जिहड़ियां जुकां उन्हां दे नाल तस्वीरां जिहड़ियां उह वायरल हो रही ने जी। तां इह छोटे बच्चों ने यह बनाया ने यह पुतला बना के इन्हां ते पोलीटिकल जां होर वड्डे कारपोरेट वालिआं दे फोटो ला के पुतला बना के चले गए पर उन्हां दे मनां दे विच किते ना किते तस्वीरां फिक्कियां जिहियां रहिणगियां कि असीं आह कम कीता ते किते ना किते उह जरूर समझणगे कौण गलत आ कौण सही आ। तां तुहानूं इह गल किवें लगी जरूर दसना जुड़े रहो दुनिया दे नाल।